to the. And we welcome to Star Academy with a reference to Kamboj Internet Cafe and Smart Study Institute Arniwala. ਤਾਂ ਦੇਖੋ ਅੱਜ ਆਪਾਂ ਈਕਲਿਡ ਜਿਓਮੈਟਰੀ ਦਾ ਡੇ 3 ਕਰ ਰਹੇ ਹਾਂ ਡੇ 3 ਦੇ ਵਿੱਚ ਇੱਕ ਨਵਾਂ ਟੌਪਿਕ ਜਿਹੜਾ ਪੜ੍ਹਨ ਜਾ ਰਹੇ ਹਾਂ ਉਹ ਟੌਪਿਕ ਦਾ ਵੀ ਲਾਈਨਸ ਐਂਡ ਐਂਗਲ ਮੈਂ ਲਾਈਨ ਐਂਡ ਐਂਗਲ ਜਿਹੜਾ ਤੁਹਾਡੇ ਸਿਲੇਬਸ ਦੇ ਵਿੱਚ ਹੈ ਔਰ ਈਕਲਿਡ ਜਿਓਮੈਟਰੀ ਦਾ ਇੱਕ ਪਾਰਟ ਹੈ ਜਿਹਨੂੰ ਪੰਜਾਬੀ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹਾਂ ਰੇਖਾਵਾਂ ਅਤੇ ਕੋਣ ਕੀ ਕਹਿੰਦੇ ਹਾਂ ਰੇਖਾਵਾਂ ਅਤੇ ਕੋਣ ਤਾਂ ਰੇਖਾਵਾਂ ਅਤੇ ਕੋਣ ਵੀ ਆਪਾਂ ਨੂੰ ਡੈਫੀਨੇਸ਼ਨ ਤੁਹਾਨੂੰ ਐਂਗਲ ਦੀ ਦੱਸੀ ਹੋਈ ਹੈ ਕਿ ਐਂਗਲ ਹੁੰਦਾ ਕੀ ਹੈ ਕਿ ਜਦੋਂ ਕਿਸੇ ਇੱਕ ਲਾਈਨ ਇੱਕ ਪੁਆਇੰਟ ਤੋਂ ਨਾ ਕਿਸੇ ਪੁਆਇੰਟ ਤੋਂ ਜਦੋਂ ਕੋਈ ਦੋ ਰੇ ਨਿਕਲਦੀਆਂ ਔਰ ਦੋ ਅਲੱਗ ਅਲੱਗ ਦਿਸ਼ਾਵਾਂ ਦੇ ਵਿੱਚ ਉਹਨਾਂ ਦੇ ਵਿਚਕਾਰ ਜਿਹੜਾ ਜਿੰਨੇ ਵੀ ਡਿਗਰੀ ਦਾ ਕੁਝ ਬਣਦਾ ਤੁਹਾਨੂੰ ਐਂਗਲ ਕਰਨੇ ਹੁੰਦੇ ਆ ਠੀਕ ਹੈ ਤਾਂ ਦੇਖੋ ਲਾਈਨਸ ਐਂਡ ਐਂਗਲ ਕਦੋਂ ਬਣਦੇ ਕਦੋਂ ਕੋਣ ਹੈ ਸਪੋਜ਼ ਦੈਟ ਕਿ ਆਪਣੇ ਕੋਲ ਇੱਕ ਵਾਰ ਇੱਕ ਆ ਪੁਆਇੰਟ ਹੈ ਔਰ ਇਸ ਪੁਆਇੰਟ ਤੋਂ ਇੱਕ ਲਾਈਨ ਨਿਕਲੀ A ਔਰ B ਹੋ ਗਿਆ ਔਰ ਇਹਦੇ ਸੀ ਪੁਆਇੰਟ ਤੋਂ A ਔਰ C ਹੋ ਜਾਂਦਾ ਇਹਦੇ ਵਿਚਕਾਰ ਜਿਹੜਾ ਇੱਕ ਐਂਗਲ ਬਣ ਜਾਂਦਾ ਠੀਕ ਹੈ ਸਾਡੇ ਐਂਗਲ ਨੂੰ ਆਪਾਂ ਥੀਟਾ ਕਹਿੰਦੇ ਹੁੰਦੇ ਆ ਔਰ ਇਹ ਜਿਹੜਾ ਥੀਟਾ ਹੈ ਕਿੰਨੇ ਡਿਗਰੀ ਦਾ ਵੀ ਇਹ ਇਹਨਾਂ ਦੇ ਨਾਮ ਆਪਾਂ ਯਾਦ ਕਰਨੇ ਆ ਵੀ ਕਿਵੇਂ ਕਿਵੇਂ ਪਤਾ ਲੱਗੇਗਾ ਕਿ ਕੀ ਨਾਮ ਹੁੰਦੇ ਆ ਠੀਕ ਹੈ ਇਹਨਾਂ ਦੇ ਨਾਮ ਕੀ ਹੁੰਦੇ ਆ ਤਾਂ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਜਿਹੜਾ ਐਂਗਲ ਪੜ੍ਹਨ ਜਾ ਰਹੇ ਹਾਂ ਉਹ ਐਂਗਲ ਹੈ ਨਿਊਨ ਕੋਣ ਵੀ ਠੀਕ ਹੈ ਚਲੋ ਨਿਊਨ ਕੀ ਸਭ ਤੋਂ ਜ਼ੀਰੋ ਜ਼ੀਰੋ ਐਂਗਲ ਸਭ ਤੋਂ ਪਹਿਲਾ ਕੋਣ ਜਿਹੜਾ ਉਹਨੂੰ ਆਪਾਂ ਕੀ ਕਹਿੰਦੇ ਹਾਂ ਜ਼ੀਰੋ ਐਂਗਲ ਤਾਂ ਜ਼ੀਰੋ ਐਂਗਲ ਜ਼ੀਰੋ ਐਂਗਲ ਮਤਲਬ ਕਿ ਜਿਹਨੂੰ ਪੰਜਾਬੀ ਦੇ ਵਿੱਚ ਆਪਾਂ ਸਿਫਰ ਕਹਿੰਦੇ ਹਾਂ ਸਿਫਰ ਕੋਣ ਸਿਫਰ ਕੋਣ ਤਾਂ ਇਹ ਸਿਫਰ ਕੋਣ ਕਿਹੜਾ ਹੁੰਦਾ ਜੀ ਦੇਖੋ ਇਹ ਵਾਲਾ ਕੋਣ ਜੇ ਇਹ ਲਾਈਨ ਤੋਂ ਇਸ ਲਾਈਨ ਤੋਂ ਜਿਹੜਾ ਕੋਣ ਹੈ ਵੀ ਬਣ ਜੇ ਆ ਵਾਲਾ ਕੋਣ ਤਾਂ ਕਿੰਨੇ ਡਿਗਰੀ ਦਾ ਵੀ ਜ਼ੀਰੋ ਡਿਗਰੀ ਦਾ ਤਾਂ ਇਸ ਨੂੰ ਆਪਾਂ ਕੀ ਕਹਿੰਦੇ ਹਾਂ ਜ਼ੀਰੋ ਡਿਗਰੀ ਮਤਲਬ ਕਿ ਕੋਈ ਆ ਡਿਗਰੀ ਨਹੀਂ ਹੈ ਇਹਨੂੰ ਆਪਾਂ ਜ਼ੀਰੋ ਡਿਗਰੀ ਦਾ ਕੋਣ ਕਹਿ ਦਿੰਦੇ ਹਾਂ ਠੀਕ ਹੈ ਉਸ ਤੋਂ ਬਾਅਦ ਅੱਗੇ ਫਿਰ ਆਪਾਂ ਕੀ ਪੜ੍ਹਦੇ ਹਾਂ ਜ਼ੀਰੋ ਡਿਗਰੀ ਦੇ ਕੋਣ ਤੋਂ ਬਾਅਦ ਆਪਾਂ ਪੜ੍ਹਾਂਗੇ ਸੈਕਿੰਡ ਜਿਹੜਾ ਹੈ ਉਹ ਪੜ੍ਹਾਂਗੇ ਨਿਊਨ ਕੋਣ ਵੀ ਠੀਕ ਹੈ ਨਿਊਨ ਕੋਣ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹਾਂ ਐਕਿਊਟ ਐਂਗਲ ਐਕਿਊਟ ਐਂਗਲ ਤਾਂ ਐਕਿਊਟ ਐਂਗਲ ਕਿਹੜੇ ਹੁੰਦੇ ਆ ਵੀ ਨਿਊਨ ਕੋਣ ਇਹਨਾਂ ਨੂੰ ਕਹਿੰਦੇ ਨਿਊਨ ਕੋਣ ਤਾਂ ਨਿਊਨ ਕੋਣ ਨਿਊਨ ਕੋਣ ਕਿਹੜੇ ਹੁੰਦੇ ਆ ਨਿਊਨ ਕੋਣ ਉਹ ਸਾਰੇ ਕੋਣ ਹੁੰਦੇ ਆ ਜਿਹੜੇ ਕੀ ਹੈ ਕਿ ਜ਼ੀਰੋ ਡਿਗਰੀ ਤੋਂ ਬਾਅਦ 90 ਡਿਗਰੀ ਤੱਕ ਨਾ 90 ਡਿਗਰੀ ਤੋਂ ਘੱਟ ਵੀ ਲੈਸ ਦੈਨ 90 ਡਿਗਰੀ ਯਾਨੀ ਕਿ ਲੈਸ ਦੈਨ 90 ਡਿਗਰੀ ਉਹ ਸਾਰੇ ਕੋਣ ਜਿਹੜੇ ਆ ਦੇਖੋ 0 ਡਿਗਰੀ ਖੁਦ ਤਾਂ 0 ਹੋ ਗਿਆ 0 ਤੋਂ ਬਾਅਦ ਅਗੇ 1 ਡਿਗਰੀ ਆਏਗਾ ਹਣਾ 1 ਡਿਗਰੀ 2 ਡਿਗਰੀ 3 ਡਿਗਰੀ ਐਵੇਂ ਕਰਦੇ ਕਰਦੇ 90 ਡਿਗਰੀ ਤੋਂ ਘੱਟ 90 ਡਿਗਰੀ ਬੜਾ ਨਹੀਂ 90 ਡਿਗਰੀ ਤੋਂ ਘੱਟ 90 ਬੜੇ ਦਾ ਕੁਝ ਨਾਮ ਹੋਰ ਹੋਏਗਾ ਤਾਂ 0 ਜਿਵੇਂ 0 ਦਾ ਕੋਣ ਕੀ ਹੈ 0 ਡਿਗਰੀ ਦੇ ਕੋਣ ਦਾ ਨਾਮ 0 ਹੈ ਔਰ 90 ਡਿਗਰੀ ਵਾਲੇ ਕੋਣ ਦਾ ਨਾਮ ਰਾਈਟ ਐਂਗਲ ਹੈ ਨੁਸਾਨ ਕੋਣ ਕਹਿੰਦੇ ਲੇਕਿਨ 90 0 ਤੋਂ ਲੈ ਕੇ 90 ਦੇ ਵਿਚਕਾਰ ਜਿਹੜੇ ਹੁੰਦੇ ਆ 1 2 3 4 ਔਰ 99 ਡਿਗਰੀ ਤੱਕ ਉਹ ਸਾਰੇ ਕੋਣ ਜਿਹੜੇ ਆ ਨਿਊਨ ਕੋਣ ਹੁੰਦੇ ਆ ਠੀਕ ਹੈ ਇਹਨਾਂ ਨੂੰ ਆਪਾਂ ਐਕਿਊਟ ਐਂਗਲ ਕਹਿੰਦੇ ਆ ਨਿਊਨ ਕੋਣ ਨਿਊਨ ਕੋਣ ਤੋਂ ਬਾਅਦ ਆਪਣੇ ਕੋਲ ਆ ਗਿਆ ਰਾਈਟ ਐਂਗਲ ਵੀ ਰਾਈਟ ਐਂਗਲ ਔਰ ਰਾਈਟ ਐਂਗਲ ਕਿਹੜਾ ਆਏਗਾ ਰਾਈਟ ਰਾਈਟ ਐਂਗਲ ਰਾਈਟ ਐਂਗਲ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਆ ਕਿ ਸਮ ਕੋਣ ਰਾਈਟ ਐਂਗਲ ਜਿਹੜਾ ਹੁੰਦਾ ਉਹ ਕਿਹੜਾ ਹੁੰਦਾ ਸਮ ਕੋਣ ਵੀ ਤਾਂ ਉਹ ਕੀ ਹੈ ਸਮ ਕੋਣ ਸਮਕੋਣ ਕੀ ਹੈ 90 ਡਿਗਰੀ ਦਾ ਕੋਣ ਹੋਏਗਾ ਰਾਈਟ ਐਂਗਲ ਜਿਹੜਾ ਉਹ ਕਿੰਨੇ ਡਿਗਰੀ ਵਾਲਾ ਹੋਏਗਾ 90 ਡਿਗਰੀ ਵਾਲਾ ਉਹ ਸਾਰੇ ਐਂਗਲ ਜਿਨ੍ਹਾਂ ਦਾ ਜਿਹੜਾ ਕੀ ਹੈ ਜਿਹੜੇ ਵੀ 90 ਡਿਗਰੀ ਦਿੰਦੇ ਆ ਤਾਂ ਉਹਨੂੰ ਆਪਾਂ ਰਾਈਟ ਐਂਗਲ ਕਰਦੇ ਹਾਂ ਇਹਦਾ ਨੂੰ ਰੀਪ੍ਰੈਜੈਂਟ ਕਿਵੇਂ ਕਰਦੇ ਆ ਨੂੰ ਰੀਪ੍ਰੈਜੈਂਟ ਕਿ ਇਹ ਵਾਲੀ ਲਾਈਨ ਇਹ ਵਾਲੀ ਲਾਈਨ ਤਾਂ ਇਹ ਵਾਲੀ ਜਿਹੜੀ ਐਂ ਸਿੰਪਲ ਇੱਕ ਲਾਈਨ ਦੇ ਉੱਪਰ ਇੱਕ ਰਾਈਟ ਐਂਗਲ ਬਣ ਗਿਆ ਤਾਂ ਇਹ ਜਿਹੜਾ 90 ਡਿਗਰੀ ਦਾ ਕੋਣ ਬਣ ਜਾਏਗਾ ਜੀ ਤਾਂ ਇਹ ਕੀ ਹੋ ਗਿਆ 90 ਡਿਗਰੀ ਅੱਛਾ ਤਾਂ ਐਕਿਊਟ ਐਂਗਲ ਜਿਹੜੇ ਹੁੰਦੇ ਨੇ ਦੇਖੋ ਸੀ ਪਰ 0 ਡਿਗਰੀ ਦਾ ਕੋਣ ਜਿਹੜਾ ਉਹ ਕਿਵੇਂ ਹੋਏਗਾ ਐਵੇਂ ਸਿੱਧਾ ਹੋਏਗਾ ਵੀ ਆ ਵਾਲਾ 0 ਡਿਗਰੀ ਹੈ ਤਾਂ ਜਿਹੜੇ ਦੂਸਰੇ ਹੋਣਗੇ 90 ਡਿਗਰੀ ਤੋਂ ਘੱਟ ਵਾਲੇ ਉਹਨੂੰ ਆਪਾਂ ਕੀ ਕਹਾਂਗੇ ਕਿ ਆ 90 ਦਾ ਜਿਹੜਾ ਦੇਖੋ ਐਵੇਂ ਇਹ ਜਦੋਂ ਸਾਰੇ ਜਿਹੜੇ ਅੰਦਰ ਨੂੰ ਐਦਰ ਵਾਲੇ ਜਿੰਨੇ ਵੀ ਕੋਣ ਹੋਣਗੇ ਆ ਸਾਰੇ ਇਹ ਕੀ ਹੋ ਜਾਣਗੇ ਇਹ 90 ਡਿਗਰੀ ਤੋਂ ਘੱਟ ਹੋ ਜਾਣਗੇ ਉਹ ਇਹਨਾਂ ਨੂੰ ਨਿਊਨ ਕੋਣ ਜਾਂ ਐਕਿਊਟ ਐਂਗਲ ਕਹਿੰਦੇ ਆ ਤਾਂ ਇਸ ਤੋਂ ਬਾਅਦ ਆ ਗਿਆ ਨੈਕਸਟ ਆਪਣੇ ਕੋਲ ਐਬਟਿਊਸ ਐਂਗਲ ਐਬਟਿਊਸ ਐਂਗਲ ਮਤਲਬ ਕਿ ਅਧਿਕ ਕੋਣ ਜਿਹਨਾਂ ਨੂੰ ਬੋਲ ਦਿੱਤਾ ਜਾਂਦਾ ਤਾਂ ਅਧਿਕ ਕੋਣ ਕਿਹੜੇ ਹੋਣਗੇ ਉਹ ਕੋਣ ਜਿਹੜੇ 90 ਤੋਂ ਲੈ ਕੇ ਦੇਖੋ 90 ਡਿਗਰੀ ਤੋਂ ਜ਼ਿਆਦਾ ਹੋ ਜਾਣਗੇ ਔਰ 180 ਡਿਗਰੀ 180 ਡਿਗਰੀ ਤੋਂ ਘੱਟ ਹੋਣਗੇ ਕਿਉਂਕਿ 180 ਦਾ ਖੁਦ ਦਾ ਕੋਈ ਨਾਮ ਹੋਏਗਾ ਤਾਂ ਕਰਕੇ ਇਹ ਕਿਹੜਾ ਹੋ ਜਾਏਗਾ ਚਾਰ ਨੰਬਰ ਤੇ ਆਪਾਂ ਦੇਖਦੇ ਹਾਂ ਐਬਟਿਊਸ ਐਂਗਲ ਤਾਂ ਇਹ ਕਿਹੜਾ ਐਂਗਲ ਵੀ ਐਬਟਿਊਸ ਐਂਗਲ ਐਬਟਿਊਸ ਐਂਗਲ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਅਧਿਕ ਕੋਣ ਠੀਕ ਹੈ ਅਧਿਕ ਕੋਣ ਇਹਨਾਂ ਨੂੰ ਕੀ ਆਪਾਂ ਕਹਿੰਦੇ ਹਾਂ ਅਧਿਕ ਕੋਣ
ਸਾਰੇ ਅਧਿਕ ਫੋਨ ਜਿਹੜੇ ਹੈ ਇਹ ਦੇਖੋ ਕਿ ਕੀ ਹੈ 90 ਤੋਂ ਗ੍ਰੇਟਰ ਹਨਾ 90 ਤੋਂ ਕੀ ਹੈ ਗ੍ਰੇਟਰ 90 ਡਿਗਰੀ ਤੋਂ ਜ਼ਿਆਦਾ ਤਾਂ ਜਿਹੜੇ 90 ਡਿਗਰੀ ਤੋਂ ਜ਼ਿਆਦਾ ਹੁੰਦੇ ਆ ਉਹ ਸਾਰੇ ਜਿਹੜੇ ਕੀ ਹੈ ਉਹ ਸਾਰੇ ਐਂਗਲ ਜਿਹੜੇ ਆ ਉਹ ਆਪਣੇ ਅਧਿਕ ਕੋਣ ਹੁੰਦੇ ਆ ਠੀਕ ਹੈ ਨਾ ਇਹ 0 90 ਤੋਂ ਬਾਅਦ ਨਹੀਂ 90 ਵਾਲਾ ਤਾਂ ਰਾਈਟ ਐਂਗਲ ਹੋ ਗਿਆ 91 92 93 94 95 96 97 179 ਤੱਕ 180 ਨੂੰ ਨਹੀਂ ਗਿਣਨਾ ਕਿਉਂਕਿ 180 ਖੋ ਦੇ ਕਿਸੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਕਰਕੇ ਆਪਾਂ ਕੀ ਹੈ 90 ਤੋਂ ਜ਼ਿਆਦਾ ਡਿਗਰੀ ਵਾਲੇ ਜਿਹੜੇ ਆ 90 ਪਲੱਸ ਵਾਲੇ ਨਾ ਇੱਥੇ ਆਪਾਂ ਕੀ ਲਿਖਦੇ ਸੀਗੇ ਕਿ ਇਹ ਵਾਲੇ ਜਿਹੜੇ ਆ ਇਹ 90 ਮਾਈਨਸ ਵਾਲੇ ਆ ਔਰ ਇਹ ਵਾਲੇ ਜਿਹੜੇ ਆ ਇਹ 90 ਪਲੱਸ 90 ਤੋਂ ਪਲੱਸ ਕਰ ਗਏ ਔਰ 180 ਡਿਗਰੀ ਹੈ ਨਾ ਯਾਨੀ ਕਿ 90 ਤੋਂ ਕੀ ਹੋਣਾ ਚਾਹੀਦਾ ਗ੍ਰੇਟਰ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਕੀ ਹੈ ਕੋਈ ਵੀ ਜਿਹੜਾ ਐਂਗਲ ਹੈ ਐਂਗਲ ਕੀ ਹੈ ਦੇਖੋ ਕੋਈ ਐਂਗਲ ਆ ਵਾਲਾ ਮੰਨ ਕੇ ਚੱਲੋ ਐਂਗਲ ਏ ਹੈ ਇਹ ਐਂਗਲ ਏ ਜਿਹੜਾ ਇਹ ਕੀ ਹੈ ਇਹ 90 ਡਿਗਰੀ ਨਾਲੋਂ ਵੱਡਾ ਹੋਣਾ ਚਾਹੀਦਾ ਔਰ ਜਿਹੜਾ ਲੈਸ ਦੈਨ ਕੀ ਹੈ 180 ਡਿਗਰੀ ਤੋਂ ਛੋਟਾ ਹੋਣਾ ਚਾਹੀਦਾ ਠੀਕ ਹੈ ਤਾਂ ਦੇਖੋ ਇਹ ਕੀ ਹੈ ਇਹ ਵੱਡਾ ਹੈ 90 ਤੋਂ ਕਿਉਂਕਿ ਇਹਦਾ ਮੂੰਹ ਏ ਵਾਲੀ ਸਾਈਡ ਤੇ ਮੂੰਹ ਖੁੱਲਿਆ ਤਾਂ ਇਹ 90 ਡਿਗਰੀ ਤੋਂ ਵੱਡਾ ਹੈ ਜੀ ਔਰ 180 ਤੋਂ ਕੀ ਹੈ ਛੋਟਾ ਹੈ ਤਾਂ ਕਰਕੇ ਠੀਕ ਹੈ ਨੈਕਸਟ ਆਪਣੇ ਆ ਗਿਆ 5 ਨੰਬਰ ਤੇ 180 ਡਿਗਰੀ ਦਾ ਕੋਣ ਤਾਂ 180 ਡਿਗਰੀ ਨੂੰ ਆਪਾਂ ਸਟ੍ਰੇਟ ਐਂਗਲ ਕਹਿੰਦੇ ਹਾਂ ਸਰਲ ਕੋਣ ਪੰਜਾਬੀ ਦੇ ਵਿੱਚ ਠੀਕ ਹੈ ਤਾਂ ਜਿਹੜਾ 180 ਡਿਗਰੀ ਵਾਲਾ ਕੋਣ ਹੁੰਦਾ ਹੈ 100 ਤੇ 80 ਡਿਗਰੀ ਵਾਲਾ ਜਿਹੜਾ ਐਂਗਲ ਹੈ ਨਾ ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਇੰਗਲਿਸ਼ ਦੇ ਵਿੱਚ ਸਟ੍ਰੇਟ ਐਂਗਲ ਤਾਂ ਇਹ ਵਾਲਾ ਜਿਹੜਾ ਤੁਹਾਡਾ ਹੈ ਸਟ੍ਰੇਟ ਐਂਗਲ ਬਣ ਜਾਏਗਾ ਵੀ ਸਟ੍ਰੇਟ ਐਂਗਲ ਤਾਂ ਜਿਹੜਾ ਸਟ੍ਰੇਟ ਐਂਗਲ ਹੈ ਇਹਨੂੰ ਆਪਾਂ ਸਟ੍ਰੇਟ ਐਂਗਲ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ ਸਰਲ ਕੋਣ ਠੀਕ ਹੈ ਸਰਲ ਕੋਣ ਤਾਂ ਸਰਲ ਕੋਣ ਕਿਹੜਾ ਹੋਏਗਾ ਵੀ ਦੇਖੋ ਆਪਣੇ ਕੋਲ ਲਾਈਨ ਹੈ ਔਰ ਇਸ ਲਾਈਨ ਦੇ ਉੱਤੇ ਇਹ ਬੜੇ ਪੁਆਇੰਟ ਦਾ ਐਂਗਲ ਕਾਊਂਟ ਕਰਨਾ ਹੈ ਤਾਂ ਦੇਖੋ ਇਸ ਪੁਆਇੰਟ ਦੇ ਇਹ ਵਾਲਾ ਸਾਰਾ ਤਾਂ ਇਹ 100 ਤੇ 80 ਡਿਗਰੀ ਦਾ ਜਿਹੜਾ ਸਰਲ ਕੋਣ ਹੁੰਦਾ ਉਹ ਕਿੰਨੇ ਡਿਗਰੀ ਦਾ ਹੁੰਦਾ ਵੀ 180 ਡਿਗਰੀ ਜਿਵੇਂ ਸਮ ਕੋਣ 90 ਡਿਗਰੀ ਦਾ ਔਰ 0 ਕੋਣ 0 ਡਿਗਰੀ ਦਾ ਰਾਈਟ ਐਂਗਲ ਜਿਹੜਾ 90 ਡਿਗਰੀ ਦਾ ਸਟ੍ਰੇਟ ਐਂਗਲ ਜਿਹੜਾ ਉਹ 100 ਤੇ 80 ਡਿਗਰੀ ਦਾ ਹੋਏਗਾ ਠੀਕ ਹੈ ਤਾਂ ਸਟ੍ਰੇਟ ਤੋਂ ਬਾਅਦ ਜਿਹੜਾ ਹੈ ਆਪਣੇ ਆ ਗਿਆ ਰਿਫਲੈਕਸ ਐਂਗਲ ਵੀ ਜਿਹੜਾ ਕਿ 180 ਤੋਂ ਲੈ ਕੇ 360 ਤੱਕ ਹੋਏਗਾ 360 ਨੂੰ ਆਪਾਂ ਵੈਸੇ ਵੀ ਕੋਈ ਨਾਮ ਦੇਵਾਂਗੇ ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਕੀ ਹੈ ਇਹਨੂੰ ਕਹਿੰਦੇ ਰਿਫਲੈਕਸ ਐਂਗਲ 180 ਤੋਂ ਲੈ ਕੇ 359 ਤੱਕ ਜੀ 180 ਤੋਂ 359 ਵਾਲਾ ਜਿਹੜਾ ਉਹ ਕਿਹੜਾ ਹੋਏਗਾ ਰਿਫਲੈਕਸ ਐਂਗਲ ਤਾਂ ਚਲੋ ਦੇਖ ਲੈਣਾ ਰਿਫਲੈਕਸ ਐਂਗਲ ਰਿਫਲੈਕਸ ਐਂਗਲ ਕਿਹੜਾ ਹੋਏਗਾ ਰਿਫਲੈਕਸ ਐਂਗਲ ਨੈਕਸਟ ਆਪਣੇ ਕੋਲ ਜਿਹੜਾ ਆ ਗਿਆ ਰਿਫਲੈਕਸ ਐਂਗਲ ਰਿਫਲੈਕਸ ਐਂਗਲ ਤੇ ਰਿਫਲੈਕਸ ਐਂਗਲ ਕਿਹੜਾ ਹੋਏਗਾ ਜੀ ਰਿਫਲੈਕਸ ਐਂਗਲ ਆਪਣੇ ਕੋਲ ਇਹਨਾਂ ਨੂੰ ਪੰਜਾਬੀ ਦੇ ਵਿੱਚ ਬਾਹਰੀ ਕੋਣ ਕਹਿੰਦੇ ਆ ਬਾਹਰੀ ਕੋਣ ਬਾਹਰੀ ਕੋਣ ਠੀਕ ਹੈ ਤਾਂ ਜਿਹੜਾ ਬਾਹਰੀ ਕੋਣ ਹੈ ਉਹ ਵਾਲਾ ਕੀ ਬਣ ਜਾਏਗਾ ਸਟੇ ਰਿਫਲੈਕਸ ਐਂਗਲ ਇਹ ਕੀ ਹੋਏਗਾ 180 ਤੋਂ ਪਲੱਸ ਹੋਏਗਾ ਵੀ ਠੀਕ ਹੈ 180 ਤੋਂ ਪਲੱਸ ਤਾਂ 180 ਤੋਂ ਲੈ ਕੇ 360 ਦੇ ਵਿਚਕਾਰ ਵਾਲਾ ਉਹਨੂੰ ਆਪਾਂ ਰਿਫਲੈਕਸ ਐਂਗਲ ਕਹਿੰਦੇ ਹਾਂ ਠੀਕ ਹੈ ਤਾਂ ਇਸ ਦੀ ਰਿਫਲੈਕਸ ਐਂਗਲ ਰਿਫਲੈਕਸ ਐਂਗਲ ਤੋਂ ਬਾਅਦ ਫਿਰ ਆਪਾਂ 360 ਡਿਗਰੀ ਬਾਰੇ ਪੜ੍ਹਦੇ ਹਾਂ ਤਾਂ ਜਿਹੜਾ 300 ਤੇ 60 ਡਿਗਰੀ ਦਾ ਕੋਣ ਹੈ ਉਹਨੂੰ ਖੁਦ ਨੂੰ ਆਪਾਂ ਕੀ ਕਹਿ ਦਿੰਦੇ ਹੁੰਦੇ ਹਾਂ ਵੀ ਉਸ ਖੁਦ ਐਂਗਲ ਨੂੰ ਕੀ ਕਹਿੰਦੇ ਹੁੰਦੇ ਹਾਂ ਉਹਨੂੰ ਕਹਿੰਦੇ ਸੰਪੂਰਨ ਕੋਣ ਨਾ ਸੰਪੂਰਨ ਕੋਣ ਕਹਿੰਦੇ ਹਾਂ ਸੰਪੂਰਨ ਕੋਣ ਪੰਜਾਬੀ ਦੇ ਵਿੱਚ ਬੋਲਿਆ ਜਾਂਦਾ ਹੈ ਰਿਫਲੈਕਸ ਐਂਗਲ ਵੀ ਬਾਹਰੀ ਕੋਣ ਔਰ ਇਹ ਜਿਹੜਾ ਹੈ ਕੀ ਹੋਇਆ ਕਰੇਗਾ 180 ਤੋਂ ਪਲੱਸ ਹੋਇਆ ਕਰੇਗਾ ਮੰਨ ਕੇ ਚਲੋ ਦੇਖੋ ਇੱਕ ਜਿਵੇਂ ਇੱਕ ਚੱਕਰ ਹੈ ਇੱਕ ਚੱਕਰ ਦੇ ਵਿੱਚ ਇਹ ਵਾਲਾ ਜਿਹੜਾ ਵਿਆਸ ਹੈ ਔਰ ਇਹ ਕੋਣ ਕਿੰਨੇ ਡਿਗਰੀ ਦਾ ਵੀ 180 ਡਿਗਰੀ ਦਾ ਜੇਕਰ ਇਹ ਵਾਲਾ ਦੇਖੋ ਐਵੇਂ ਹੋ ਗਿਆ ਐਵੇਂ ਤਾਂ ਇਹ ਵਾਲਾ ਬਲ ਕੋਣ ਦੇਖੋ ਆ ਜਿਹੜਾ ਕੋਣ ਬਣਿਆ ਨਾ ਇਹ ਕੋਣ ਜਿਹੜਾ ਹੈ ਉਹ 180 ਤੋਂ ਪਲੱਸ ਹੈ ਕਿਉਂਕਿ ਜੇਕਰ ਸਿੰਪਲ ਸਿੱਧਾ ਜ਼ਿਆਦਾ ਤਾਂ 180 ਡਿਗਰੀ ਬਣ ਜਾਣਾ ਸੀ ਪਰ ਇਹਨਾਂ ਨੂੰ ਤਾਂ ਜ਼ਿਆਦਾ ਉਹ ਆ ਗਿਆ ਵਿੱਚ ਤਾਂ ਇਹ ਆਪਣਾ ਜਿਹੜਾ ਕੋਣ ਹੈ ਇਹ ਕੀ ਬਣਿਆ ਵੀ ਰਿਫਲੈਕਸ ਐਂਗਲ ਠੀਕ ਹੈ ਤਾਂ ਲਾਸਟ ਤੇ ਆਪਾਂ ਹੁਣ ਪੜ੍ਹਦੇ ਹਾਂ ਔਰ ਉਹ ਵਾਲਾ ਕਿਹੜਾ 360 ਡਿਗਰੀ ਵਾਲਾ ਵੀ ਇੰਗਲਿਸ਼ ਦੇ ਵਿੱਚ ਇਹਨੂੰ ਕੰਪਲੀਟ ਐਂਗਲ ਕਹਿੰਦੇ ਕੰਪਲੀਟ ਐਂਗਲ ਯਾਨੀ ਕਿ ਸੰਪੂਰਨ ਕੋਣ ਤਾਂ ਸੰਪੂਰਨ ਪੂਰਾ ਕੋਣ ਵੀ ਕਈ ਵਾਰੀ ਪੰਜਾਬੀ ਦੇ ਵਿੱਚ ਬੋਲਦਾ ਹੈ ਤਾਂ ਸੰਪੂਰਨ ਜਿਹੜਾ ਕੋਣ ਹੈ ਉਹ ਸੰਪੂਰਨ ਕੋਣ ਤਾਂ ਕੰਪਲੀਟ ਐਂਗਲ ਜਿਹੜਾ ਇਹ ਸੰਪੂਰਨ ਕੋਣ ਹੈ
संपूर्ण मतलब एक पूरा चक्कर ही बन गया। ये वाला जो 360 डिग्री का बनेगा, ठीक है। ये जो 360 डिग्री का एंगल है वो संपूर्ण कोण कहते हैं, ठीक है। हुण आपां पढ़दे हां पूरक कोण ते संपूरक कोण भी। नेक्स्ट जिहड़ा टॉपिक है ओह अपना की है, संपूरक और पूरक कोण भी। सारे कोण सारे तक दो कोण जिन्हों का जोड़ की है 90 डिग्री होंगे पूरक कहने। जिन्हें की अपने को देखो कोण ए है और दूसरा जो कोण है वह बी है, तो आप पूरक कोण कि कहे कि कोण ए प्लस कोण बी बराबर कि 90 डिग्री। तो जो दो गुणा का जोड़ जेकर 90 डिग्री हो पूरक कोण कह दें, ठीक है। क्वेश्चन किवें पूछा जाएगा, तुम क्वेश्चन आएगा कि जेकर ए बी दो की है दो पूरक कोण हैं, जेकर ए ते बी दो पूरक कोण हैं अते कोण ए जिहड़ा है वो 28 डिग्री है तो कहना कोण की पता करो कोण बी पता करो, ठीक है। तो कोण बी किवें पता करोगे, आपां नूं पता है कि जेकर ए अते बी दोनों पूरक कोण है तो पूरक कोणां दा जिहड़ा जोड़ है हमेशा किन्ना हुंदा है 90 डिग्री हुंदा है। तो आप की कह लेंगे, आप कहेंगे कि कोण ए प्लस कोण बी बराबर कि 90 डिग्री और अपने को जो ए है वह तो 28 डिग्री है और बी आप पता करना है 90। तो कर लो चैक, देखो 28 जो उधर जाके माइनस हो जाएगा तो बी बराबर कि आ जाएगा, बी जो वाला कि आ जाएगा 90 माइनस 28। तो 90 माइनस 28 कि बन गया 90 डिग्री, जो 30 माइनस करा 60 बन जाएगा, लेकिन दो घट करने हैं तो 62 आएगा बी। तो कोण जो बी है वह किन्नी डिग्री का बन जाएगा 62 डिग्री का, ठीक है ना। एवं आप पता कर सकते कि जेकर दो पूरक कोण हो तो एक दिता है और दूसरा आप पता कर लें। तो पूरक तो बाद आ गया संपूरक कोण, तो संपूरक कोण कि होंगे है संपूरक कोण वह कोण होंगे है जिन्हों का जोड़ जोड़ा वो 180 डिग्री होगा। पूरक के पूरक वाला जिहड़ा है वह अपने को 90 डिग्री और संपूरक वाला की है संपूरक के 180 डिग्री। तो संपूरक कोण भी संपूरक कोण की है इनका जी कोण ए है और कोण बी है और इन्हों का जोड़ा जोड़ है वह 180 डिग्री होगा जी। तो एक हो गया संपूरक कोण हो गया। तो इतने भी एक क्वेश्चन पूछा जाता है कि जेकर ए बी दो संपूरक कोण हो संपूरक कोण अते कोण बी जिहड़ा कोण बी बराबर 152 डिग्री होए ता कोण ए पता करो भी कोण ए पता करो। आपां नूं पता है कि कोण ए प्लस कोण बी बराबर किन्ना 180 डिग्री है और जेकर बी की कीमत 152 दिती है तो ये आपां पता कर लैणे आ 152 डिग्री बराबर 180 डिग्री। तो ए बराबर कि बनया 180 माइनस का 152, 180 152 घटा दो 180 150 घटाया 130 बनया दो होर घटा दो 28 बनया तो ए बराबर जोड़ा वो 28 डिग्री आ गया। अपना जो आंसर है वह कि बन जाएगा 28 डिग्री। तो की आंसर आएगा भी 28 डिग्री है ना। तो इस तीन दोनों कोणों का जो दोनों का कि जो ए कोण है अपने को 28 डिग्री। तो यह बेसिक से अपना एंगल भी किन्ने तरह के एंगल होंगे किए तो यह सारे एंगल आप पढ़ लिया भी, ठीक है। तो हूँ अगर थोड़े जहाँ क्वेश्चन देखो जिदा के क्वेश्चन पूछे जाते हैं तो चलो देखते हैं। देखो ये सारी जानकारी के अकॉर्डिंग हूँ तुम्हें की करना है कि वीडियो अपनी पॉज करना और पॉज करने तो बाद इस क्वेश्चन जोड़ा हल करना की आंसर क्या है, ठीक है। हल करके फिर मैच करना है। चलो करते हैं हम कुछ क्वेश्चन दिता तुम मैं तो वो आप देख दें भी। चलो भी ठीक है। तो एक क्वेश्चन है, हाँ एक गल होर भी जो इंग्लिश मीडियम वाले थोड़ा जहा
ਪੂਰਕ ਕੋਣ ਨੂੰ ਆਪਾਂ ਇੰਗਲਿਸ਼ ਵਿੱਚ ਕੰਪਲੀਮੈਂਟ ਐਂਗਲ ਕਹਿੰਦੇ ਹਾਂ ਔਰ ਸੰਪੂਰਕ ਕੋਣ ਨੂੰ ਸਪਲੀਮੈਂਟ ਐਂਗਲ ਕਹਿੰਦੇ ਹਾਂ ਠੀਕ ਹੈ ਤਾਂ ਦੇਖੋ ਕੁਐਸਚਨ ਵੱਲ ਵਧਦੇ ਹਾਂ ਤਾਂ ਕੁਐਸਚਨ ਦੇ ਵਿੱਚ ਕੀ ਬੋਲਿਆ ਹੈ ਕੁਐਸਚਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਦੋ ਪੂਰਕ ਕੋਣਾਂ ਦਾ ਅਨੁਪਾਤ 2:3 ਹੈ ਤਾਂ ਵੱਡਾ ਕੋਣ ਪਤਾ ਕਰੋ ਜੀ ਹਾਂ ਵੱਡਾ ਕੋਣ ਪਤਾ ਕਰੋ ਇਹਨਾਂ ਦੇ ਵਿੱਚ ਵੱਡਾ ਕੋਣ ਕਿਹੜਾ ਹੋਏਗਾ ਤਾਂ ਆਪਾਂ ਦੇਖਦੇ ਹਾਂ ਵੀ ਵੱਡਾ ਕੋਣ ਤਾਂ ਦੋ ਕੋਣ ਪੂਰਕ ਹੈ ਔਰ ਉਹਨਾਂ ਦੀ ਰੇਸ਼ੋ ਦਿੱਤੀ ਵੀ 2:3 ਹੈ ਠੀਕ ਹੈ 2:3 ਹੈ ਜਿਵੇਂ ਆ ਪਹਿਲਾ ਐਂਗਲ ਹੋ ਗਿਆ ਔਰ ਇਹ ਵਾਲਾ ਜਿਹੜਾ ਦੂਸਰਾ ਐਂਗਲ ਹੈ ਔਰ ਇਹਨਾਂ ਦਾ ਜਿਹੜਾ ਅਨੁਪਾਤ ਦਿੱਤਾ 2:3 ਤਾਂ ਆਪਾਂ ਐਕਸ ਐਕਸ ਲਿਖ ਲਾਂਗੇ ਸਾਰਿਆਂ ਦੇ ਨਾਲ ਜਿਵੇਂ ਆਪਾਂ ਕਹਿੰਦਾ ਕਿ ਪਹਿਲਾ ਐਕਸ ਕੀ ਹੈ 2x ਹੈ ਔਰ ਸੈਕਿੰਡ ਜਿਹੜਾ ਉਹ 3x ਹੈ ਤਾਂ ਆਪਾਂ ਨੂੰ ਪਤਾ ਵੀ ਪੂਰੇ ਕੋਣ ਵਾਲੇ ਹੁੰਦੇ ਆ ਜਿਹਨਾਂ ਦਾ ਜੋੜ ਕਿੰਨਾ 90 ਡਿਗਰੀ ਹੁੰਦਾ ਤਾਂ ਆਪਾਂ ਕਹਿ ਦਾਂਗੇ ਕਿ 2x ਪਲੱਸ 3x ਔਰ ਇਹ ਬਰਾਬਰ ਕਿੰਨਾ ਕਿੰਨੇ ਦੇ ਹੈ 90 ਡਿਗਰੀ ਦੇ ਔਰ 2 ਔਰ 3 5x ਹੈ ਔਰ ਇਹ ਕਿੰਨਾ ਹੋ ਗਿਆ 90 ਡਿਗਰੀ ਵੀ ਤਾਂ 2 ਔਰ 3 5x ਬਰਾਬਰ ਕਿੰਨਾ ਬਣ ਗਿਆ 90/5 ਤਾਂ 18/5 90 ਤਾਂ x ਦੀ ਜਿਹੜੀ ਕੀਮਤ ਹੈ ਉਹ 18 ਡਿਗਰੀ ਹੈਗੀ ਜੀ x ਆਪਾਂ ਰਿਪ੍ਰੈਜ਼ੈਂਟ ਕਰ ਰਹੇ 18 ਨੂੰ ਤੇ ਇਹਨਾਂ ਦੋਨਾਂ ਦੇ ਵਿੱਚੋਂ ਫਿਰ ਵੱਡਾ ਕੋਣ ਹੈ 2x ਹੈ ਜਾਂ 3x ਹੈ ਤਾਂ 3x ਬਸ ਇਹੀ 3x ਨੂੰ ਨਹੀਂ ਪੁੱਛਿਆ ਤਾਂ 3x ਪਤਾ ਕਰਨ ਵਾਸਤੇ ਆਪਾਂ 3 ਔਰ x ਦੀ ਜਗ੍ਹਾ ਤੇ 18 ਲਿਖ ਦਿਆਂਗੇ ਤਾਂ 18 × 3 ਬਰਾਬਰ ਕਿੰਨਾ ਹੋਗਾ 54 ਡਿਗਰੀ ਠੀਕ ਹੈ ਤਾਂ ਆਪਣਾ ਆਨਸਰ ਕਿੰਨਾ ਬਣ ਗਿਆ ਇਸ ਕੁਐਸਚਨ ਦਾ 54 ਡਿਗਰੀ ਜਿਹੜਾ ਇਹਨਾਂ ਦੇ ਵਿੱਚੋਂ ਕੀ ਹੈ ਉਹ ਵੱਡਾ ਕੋਣ ਹੈ ਵੀ ਠੀਕ ਹੈ ਤਾਂ ਹੁਣ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਤਾਂ ਤੁਸੀਂ ਨੈਕਸਟ ਕੁਐਸਚਨ ਕਰਕੇ ਦੇਖੋਗੇ ਵੀ ਕੀ ਆਨਸਰ ਆ ਰਿਹਾ ਤਾਂ ਹੈ ਕਿ ਨੈਕਸਟ ਕੁਐਸਚਨ ਦੇਖਦੇ ਹਾਂ ਤੇ ਉਹਨਾਂ ਨੇ ਕੀ ਬੋਲਿਆ ਹੈ ਕਿ ਉਹਨਾਂ ਨੇ ਬੋਲਿਆ ਕਿ ਜੇਕਰ 2x-5 ਔਰ x-10 ਤੇ ਕੀ ਹੈ ਪੂਰਕ ਕੋਣ ਹੋਣਾ ਹਨਾ 2x-5 ਉਹਨਾਂ ਨੇ ਕੀ ਬੋਲਿਆ ਹੈ ਕਿ ਜੇਕਰ 2x-5 ਔਰ ਸੈਕਿੰਡ ਹੈ x-10 ਦੋ ਪੂਰਕ ਕੋਣ ਹਨ ਦੋ ਪੂਰਕ ਕੋਣ ਹੋਣ ਤਾਂ ਦੋਨੋਂ ਕੋਣ ਪਤਾ ਕਰੋ ਵੀ ਦੋਨੋਂ ਕੋਣ ਪਤਾ ਕਰੋ ਕੋਣ ਦੋਨੋਂ ਕੋਣ ਪਤਾ ਕਰੋ ਤਾਂ ਚਲੋ ਇਹਨੂੰ ਕਰੋ ਵੀ ਇਹਨਾਂ ਨੂੰ ਕੋਸ਼ਿਸ਼ ਕਰੋ ਇਸ ਕੁਐਸਚਨ ਨੂੰ ਕਰਨ ਦੀ ਠੀਕ ਹੈ ਤਾਂ ਕਰਕੇ ਦੇਖੋ ਇਹਨੂੰ ਜਦੋਂ ਇਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਦੋ ਜਿਹੜੇ ਕੋਣ ਹੈ ਉਹ 2x-5 ਡਿਗਰੀ ਔਰ x-10 ਡਿਗਰੀ ਤਾਂ ਇਹ ਦੋਨੋਂ ਕੋਣ ਪਤਾ ਕਰੋ ਵੀ ਤਾਂ ਆਪਾਂ ਦੇਖ ਹੀ ਲੈਣਾ ਹੈ ਇਹਨੂੰ ਤਾਂ ਉਸ ਕਰਕੇ ਤੁਸੀਂ ਕਰਨ ਦੀ ਕੋਸ਼ਿਸ਼ ਕਰਨੀ ਹੈ ਤਾਂ ਇਹਨੂੰ ਕਰਕੇ ਦੇਖੋਗੇ ਆਪਾਂ ਦੇਖਦੇ ਹਾਂ ਚਲੋ ਦੇਖ ਲੈਂਦੇ ਕਿ ਦੋ ਪੂਰਕ ਦਾ ਮਤਲਬ ਕੀ ਹੈ ਇਹਨਾਂ ਦੋਨਾਂ ਦਾ ਜਿਹੜਾ ਕੀ ਹੈ ਉਹ ਜੋੜ ਕਿੰਨੇ ਦੇ ਬਰਾਬਰ ਹੋਣਾ ਚਾਹੀਦਾ 90 ਡਿਗਰੀ ਦੇ ਦੋਨਾਂ ਕੋਣਾਂ ਦਾ ਜੋੜ ਜਿਹੜਾ ਉਹ 90 ਡਿਗਰੀ ਦੇ ਬਰਾਬਰ ਹੋਣਾ ਚਾਹੀਦਾ ਤਾਂ ਕਰਕੇ ਫਿਰ ਆਪਾਂ ਦੋਨੋਂ ਦੇਖ ਲੈਂਦੇ ਹਾਂ 90 ਡਿਗਰੀ ਦਾ ਮਤਲਬ ਇਹ ਵਾਲਾ ਪਹਿਲਾ ਐਂਗਲ ਔਰ ਇਹ ਵਾਲਾ ਦੂਸਰਾ ਐਂਗਲ ਔਰ ਇਹਨਾਂ ਸਾਰਿਆਂ ਦਾ ਜੋੜ ਜਿਹੜਾ 90 ਡਿਗਰੀ ਤਾਂ ਕਿੰਨਾ ਬਣ ਜਾਏਗਾ 2x-5 ਵਿੱਚ ਪਲੱਸ ਕਰ ਦਿਆਂਗੇ x-10 ਔਰ ਇਹ ਸਾਰਾ ਜਿਹੜਾ 90 ਦੇ ਬਰਾਬਰ ਹੈ ਤਾਂ ਇਹ ਬਣ ਜਾਏਗਾ 2x-5 ਪਲੱਸ x-10 ਤੇ ਬਰਾਬਰ ਹੈ 90 ਤਾਂ ਦੇਖੋ 2x ਔਰ 1x ਇਹ ਵਾਲਾ ਬਣ ਗਿਆ 3x ਔਰ ਇਹ ਮਾਈਨਸ ਦੇ 5 ਹੈ ਮਾਈਨਸ ਦੇ 10 ਹੈ ਤਾਂ ਕਿੰਨਾ ਬਣ ਜਾਏਗਾ ਵੀ -5 ਦਾ ਮਤਲਬ ਹੁੰਦਾ ਹੈ ਕਿ ਆਪਾਂ 5 ਰੁਪਏ ਦੇਣੇ ਹੈ ਕਿਸੇ ਦੀ -10 ਦਾ ਮਤਲਬ ਹੈ ਕਿ ਆਪਾਂ 10 ਵੀ ਦੇਣੇ ਹੈ ਤਾਂ ਕੁੱਲ ਮਿਲਾ ਕੇ ਆਪਾਂ 15 ਰੁਪਏ ਦੇਣੇ ਹੈ ਦੇਣੇ ਹੈ ਤਾਂ ਫਿਰ ਮਾਈਨਸ ਦੇ ਤਾਂ ਕਿਲੇ ਕਿਲੋ 15 ਬਰਾਬਰ ਕੀ ਹੈ 90 ਤਾਂ 3x ਜਿਹੜਾ ਇਧਰ ਰਹਿ ਜਾਏਗਾ ਦੂਸਰੀ ਸਾਈਡ ਤੇ 90 ਹੈ ਔਰ ਇਹ ਜਿਹੜਾ 15 ਹੈ ਦੂਸਰੀ ਸਾਈਡ ਤੇ ਪਲੱਸ 15 ਹੋ ਜਾਏਗਾ ਵੀ ਤਾਂ 90 ਔਰ 15 105 ਤਾਂ 3x ਬਰਾਬਰ ਕਿੰਨਾ ਬਣਿਆ 105 ਦੇ ਤਾਂ ਇਹ 3x ਜਿਹੜਾ 3x ਬਰਾਬਰ 105 ਹੈ x ਬਰਾਬਰ ਕਿੰਨਾ ਬਣ ਜਾਏਗਾ 105/3 ਤਾਂ 3 × 3 9 ਔਰ 3 × 5 15 x ਦੀ ਜਿਹੜੀ ਕੀਮਤ ਹੈ ਉਹ ਆਪਣੇ ਕੋਲ 35 ਨਿਕਲ ਗਈ ਵੀ ਜੇ x 35 ਡਿਗਰੀ ਹੈ ਤਾਂ ਦੇਖੋ ਪਹਿਲਾ ਐਂਗਲ ਕਿਹੜਾ ਹੈ ਪਹਿਲੇ ਵਾਲਾ ਐਂਗਲ ਕਿਹੜਾ 2x-5 ਤਾਂ 2x x ਦੀ ਜਗ੍ਹਾ ਤੇ 35 ਹੈ ਔਰ -5 ਹੈ ਵੀ ਤਾਂ ਲਓ ਵੀ 35 × 70 ਤਾਂ 70 ਦੇ ਵਿੱਚ 5 ਮਾਈਨਸ ਦੇ ਦੇ ਤਾਂ ਇਹ ਬਣ ਗਿਆ 65 ਡਿਗਰੀ ਤਾਂ ਦੇਖੋ ਪਹਿਲਾ ਕੋਣ 65 ਡਿਗਰੀ ਆ ਗਿਆ ਜੇ ਪਹਿਲਾ 65 ਹੈ ਤਾਂ ਦੂਸਰਾ ਫਿਰ ਕਿੰਨਾ ਹੋਏਗਾ 90 ਜੋ 90 ਦੇ ਵਿੱਚੋਂ 65 ਘਟਾ ਦਿਆਂਗੇ ਤਾਂ ਕਿੰਨਾ ਬਣ ਜਾਏਗਾ ਵੀ 25 ਡਿਗਰੀ ਤਾਂ ਫਿਰ ਚਾਹੇ ਐਵੇਂ ਕਰ ਲਓ ਚਾਹੇ x ਦੀ ਕੀਮਤ ਵੱਧ ਕੇ ਦੇਖ ਲਓ ਤਾਂ ਦੂਸਰਾ ਕੋਣ ਆਪਣੇ ਕੋਲ x-10 ਸੀਗਾ ਤਾਂ x-10 ਯਾਨੀ ਕਿ 35-10 ਬਰਾਬਰ ਕਿੰਨਾ ਬਣਿਆ 25 ਡਿਗਰੀ ਤਾਂ ਇਹ ਵਾਲਾ ਸੈਕਿੰਡ ਜਿਹੜਾ ਕੋਣ ਹੈ ਉਹ ਤੁਹਾਡੇ ਕੋਲ 25 ਡਿਗਰੀ ਦਾ ਆ ਗਿਆ ਠੀਕ ਹੈ ਤਾਂ ਹੁਣ ਦੇਖਦੇ ਹਾਂ ਆਪਾਂ ਅੱਗੇ ਨੈਕਸਟ ਕੁਐਸਚਨ ਕਿਹੜਾ ਆਉਂਦਾ ਹੈ ਤਾਂ ਠੀਕ ਹੈ ਵੀ ਤਾਂ ਇਹ ਦੋ ਆਨਸਰ ਆ ਗਏ ਇਹ ਵਾਲੇ
शुरुआत करवाई अपने
48°। ठीक है, तो एक जरा है x 28 है, तो ये डिनेक्स माइनस 7 है, यानी कि 28 गुणा 3 ना, ये माइनस दा 7, तो 28 किया कितना होना दा 84 होएगा भी, और 84 में जो 7 जाएंगे तो ये 70° आ जाएगा, तो अपने दो आंसर बन गया किड़े किड़े, एक तो ये वाला 70° और दूसरा कितना 48°। ठीक है, और एक जरा थर्ड क्वेश्चन है, वो की सी का थर्ड क्वेश्चन है, थर्ड अपन देख लेते हैं भी ये सेम ही इसी टाइप का क्वेश्चन है, तो ई है भी उधर बिच्छ है, उधर बिच्छ है ऐसे दिखता है। हाँ, हमें यह ऐसे कितने डिग्री आ गई, बोलो बड़ा है। 3x + 7 यानी 3x - 7 फिर ऐड करके मैं इस साइड दे। ये x और ये बड़ा। 2x - 9। 2x - 9। इन्हें? हाँ। ये है। तो इन्हें जोड़ अपन कर देने हैं। कर दो सारे का जोड़ 3x + 10 + 2x - 19 है और प्लस दे लिए x है और ये सारा 180° के बराबर होएगा। तो देखो 3x + 2 = 5x + 1 = 6x भी, ये सारा 6x बनया। हुन देखो ये 6x है 7 और ये वाला कितना 19 है, तो 19 के बीचों जब 19 माइनस दा और 7 प्लस दा तो 12 बन जाएंगे भी, इना माइनस दे 12 बन जाएंगे, तो ये माइनस दे 12 बन गया और बराबर 180° है, तो आ 6x एक साइड पे और दूसरी साइड पे 180 और ये बड़ा प्लस बच गया देगा, तो 6x बराबर कितना 192° और x बराबर कितना 192/6, तो 6 × 2 = 18, 6 × 12 एक्स की जो कीमत है वो आ जाएगी 32। एक्स कितना बन गया 32 आ रहा ना, तो फिर उन्हें की कुछ है ये सारे एंगल कुछ है, तो देखो ये वाला तो एक्स है, ये वैसे ही 32° बनया और ये वाला 2x - 19 है, तो 32 कितना होना था, 32 × 2 = 64 - 19, तो 14 × 9 पर नहीं 5 और ऐसे 5 बचे 5 45°, तो ये वाला जरा 45° है, ऐसा लगा होना 3x + 7 = 32 × 3 = 36 × 3 = 36 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 = 43 × 3 =
की रेशो है, कूलर की रेशो है, नेक्स्ट जरा कहता है कि तीन एंगल है अपने को, की है तीन एंगल अनुपात है ता कहना ता सारे कोण पता करो, सारे कोण पता करो, कोण पता करो। ता देखो पूरक कोण वाले टॉपिक दे विच आपां गल कर चुके हैं कि जदो रेशो दे विच आ जांदा इना सारे नाल आपां एक्स ला के आपां कहने कि एक 5x हो गया, दूसरा 4x हो गया, तीसरा 6x हो गया। ता स्ट्रेट लाइन दे जेकर एंगल ने ता सारे दा जोड़ 180 डिग्री होना चाहिए। जोड़ 5x + 4x + 6x = 180 डिग्री। बारह
ਐਕਸ ਦੀ ਜਿਹੜੀ ਕੀਮਤ ਆ 12 ਹੈ ਤੇ ਪਹਿਲਾ ਵਾਲਾ ਕੁਸ਼ਨ 12 ਪਾ ਦੇ 60 12 ਚੋਂ ਕੇ 48 ਔਰ 12 ਸ਼ਿਕਾ 72 ਡਿਗਰੀ ਤੇ ਦੇਖੋ ਇਹ ਜਦੋਂ ਰੇਸ਼ੋ ਦੇ ਵਿੱਚ ਆ ਗਿਆ ਤੇ ਮੋਸਟ ਐਵੇਂ ਕਰ ਸਕਦੇ ਆ ਠੀਕ ਹੈ ਤਾਂ ਚਲੋ ਇਹ ਵਾਲਾ ਸੀਗਾ ਕੁਸ਼ਨ ਵੀ ਇਹਦੇ ਜਿਹੜੇ ਤਿੰਨ ਆਨਸਰ ਹੈ 60 48 ਔਰ 72 ਤਾਂ ਚਲੋ ਨੈਕਸਟ ਕੁਸ਼ਨ ਆ ਗਿਆ ਆਪਣਾ ਦੇਖੋ ਉਹ ਕਰਵਾਏ ਸੀਗੇ ਤੁਹਾਨੂੰ ਕਿ ਵਰਟੀਕਲ ਆਪੋਜਿਟ ਐਂਗਲ ਵਾਲਾ ਟੌਪਿਕ ਆਪਾਂ ਕੀਤਾ ਹੋਇਆ ਜਿਹਦੇ ਵਿੱਚ ਸਿੱਖ ਸਰ ਨੂੰ ਪੰਜਾਬੀ ਦੇ ਵਿੱਚ ਉਹਨਾਂ ਨੂੰ ਕਹਿੰਦੇ ਨੇ ਕਿ ਜਦੋਂ ਦੋ ਲਾਈਨਾਂ ਕੱਟ ਰਹੀਆਂ ਹੋਣ ਤਾਂ ਦੂਸਰੇ ਸਾਈਡ ਤੇ ਜਿਹੜਾ ਤ੍ਰਿਕੋਣ ਹੈ ਉਹਦੇ ਨਾਲ ਵਾਲੇ ਜਿਹੜੇ ਸੇਮ ਆਪੋਜਿਟ ਦੇ ਬਰਾਬਰ ਹੀ ਹੁੰਦਾ ਤਾਂ ਉਹਨੇ ਪੁੱਛਿਆ ਕਿ ਬੀ ਓ ਸੀ ਪਤਾ ਕਰੋ ਤਾਂ ਬੀ ਓ ਸੀ ਪਤਾ ਕਰੋ ਬੀ ਤੋਂ ਲੈ ਕੇ ਸੀ ਉਹ ਤੱਕ ਉਹ ਤੋਂ ਸੀ ਤੇ ਇਹ ਵਾਲਾ ਕੋਣ ਤੇ ਵੀ ਦੋਨੋਂ ਲਾਈਨਾਂ ਏ ਤੇ ਬੀ ਤੇ ਔਰ ਬੀ ਔਰ ਸੀ ਤੇ ਔਰ ਬੀ ਔਰ ਸੀ ਔਰ ਡੀ ਕੱਟ ਰਹੀਆਂ ਤਾਂ ਇੱਕ ਸੇਮ ਪੁਆਇੰਟ ਹੈ ਤਾਂ ਫਿਰ ਜੇਕਰ ਇਹ 50 ਡਿਗਰੀ ਹੈ ਤਾਂ ਇਹਦੇ ਨਾਲ ਵਾਲਾ ਵੀ ਕੀ ਹੈ 50 ਡਿਗਰੀ ਦੇ ਆ ਜਾਏਗਾ ਆਪਾਂ ਕੀ ਕਹਿ ਰਹੇ ਹਾਂ ਕਿ ਬੀ ਓ ਸੀ ਜਿਹੜਾ ਹੈ ਉਹ ਕਿੰਨੇ ਡਿਗਰੀ ਹੈ 50 ਡਿਗਰੀ ਦਾ ਸਿੰਪਲ ਜਿਹਾ ਕੁਐਸਚਨ ਹੈ ਪਰ ਇਸੇ ਕਨਸੈਪਟ ਨੂੰ ਯੂਜ਼ ਕਰਦੇ ਹੋਏ ਉਹ ਨੈਕਸਟ ਕੁਐਸਚਨ ਤੁਹਾਡੇ ਕੋਲੋਂ ਪੁੱਛ ਰਿਹਾ ਵੀ ਤਾਂ ਉਹ ਆਪਾਂ ਦੇਖ ਰਹੇ ਹਾਂ ਵੀ ਕਿਹੜਾ ਕੁਐਸਚਨ ਹੈ ਉਹ ਆਪਾਂ ਆ ਰਿਹਾ ਸੰਗਰਵਾ ਦਾ ਜਿਹੜਾ ਕੁਐਸਚਨ ਆਪਾਂ ਅੱਗੇ ਦੇਖ ਰਹੇ ਹਾਂ ਤਾਂ ਨੈਕਸਟ ਜਿਹੜਾ ਹੈ ਤੁਸੀਂ ਦੇਖੋਗੇ ਵੀ ਇਹਨੂੰ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਨੈਕਸਟ ਜਿਹੜਾ ਆ ਰਿਹਾ ਸੰਗਰਵਾ ਦਾ ਆਪਾਂ ਕੁਐਸਚਨ ਹੈ ਉਹ ਦੇਖਦੇ ਹਾਂ ਤਾਂ ਲਾਈਨਾਂ ਵੀ ਇੱਕ ਏ ਬੀ ਹੈ ਫਿਰ ਸੀ ਡੀ ਹੈ ਔਰ ਫਿਰ ਉਸ ਤੋਂ ਬਾਅਦ ਈ ਐਫ ਹੈ ਹਾਂ ਤਾਂ ਚਲੋ ਦੇਖ ਪਹਿਲੇ ਇੱਕ ਲਾਈਨ ਦੀ ਹੈ ਏ ਬੀ ਹੈ ਜਿਵੇਂ ਨੇ ਡਾਂ ਟੀ ਹੈ ਜਿਹੜੀ ਲਾਈਨ ਹੈ ਇਹ ਕਿਹੜੀ ਹੈ ਏ ਬੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਉਹ ਲਾਈਨ ਬਾਹਰ ਦਿੱਤੀ ਹੈ ਅਗਰ ਸੀ ਔਰ ਡੀ ਹੈ ਇਹ ਵਾਲੀ ਜਿਹੜੀ ਏ ਤੇ ਬੀ ਹੋ ਗਿਆ ਤੇ ਸੀ ਔਰ ਡੀ ਹੋ ਗਈ ਔਰ ਉਹਦੇ ਤੋਂ ਬਾਅਦ ਇੱਥੇ 50 ਡਿਗਰੀ ਦਿੱਤਾ ਇਹ ਵਾਲਾ ਨੈਕਸਟ ਇਹ ਵਾਲਾ ਜਿਹੜਾ ਉਹ ਐਕਸ ਹੈ ਇਹ ਦੇ ਉਹ ਉਹ ਵੀ ਕਵਾਇ ਹੈ ਇਹ ਵਾਲਾ ਜੈਡ ਹੈ ਵੀ ਪਰ ਇਹ ਜਿਹੜਾ ਟੀ ਹੈ ਇਹ ਵਾਲਾ ਟੀ ਹੈ ਤਾਂ ਉਹਨੇ ਕੀ ਪੁੱਛਿਆ ਹੈ ਕਿ ਮੈਨੂੰ ਉਹਦਾ ਟਰਾਇੰਗਲ ਕੀਮਤ ਪਤਾ ਕਰਕੇ ਦੇਖੋ ਵੀ ਕਿਵੇਂ ਪਤਾ ਕਰ ਸਕਦੇ ਹਾਂ ਆਪਾਂ ਇਸਦੀ ਕੀਮਤ ਦੇਖ ਲੈਂਦੇ ਹਾਂ ਤਾਂ ਚਲੋ ਵੀ ਦੇਖੋ ਹੁਣ ਕੀ ਹੈ ਹੁਣ ਇੱਕ ਚੀਜ਼ ਧਿਆਨ ਨਾਲ ਦੇਖੀ ਜਾਏ ਦੇਖੋ ਇੱਕ ਪੂਰੀ ਸਿੰਪਲ ਲਾਈਨ ਹੈ ਔਰ ਇਹਦੇ ਉੱਤੇ ਜੇਕਰ ਇਹ ਵਾਲਾ ਕੋਣ 90 ਡਿਗਰੀ ਹੈ ਤਾਂ ਇਹਦੇ ਨਾਲ ਵਾਲਾ ਤੇ ਸਾਰਾ ਜਿਹੜਾ ਐਂਗਲ ਹੈ ਇਹ ਕੀ ਹੈ ਵੀ ਇਹ ਵਾਲਾ ਵੀ ਕੀ ਹੈ 90 ਡਿਗਰੀ ਬਣਨਾ ਚਾਹੀਦਾ ਹੈ ਜੇਕਰ ਇਹ ਵਾਲਾ 50 ਡਿਗਰੀ ਹੈ ਤਾਂ ਸਾਹਮਣੇ ਵਾਲਾ ਜੈਡ ਦੀ ਕਿੰਨੇ ਡਿਗਰੀ ਦਾ ਲੱਗਦਾ ਹੈ 50 ਡਿਗਰੀ ਦਾ ਲੱਗਦਾ ਜੀ ਤਾਂ ਜੇ 50 ਡਿਗਰੀ ਹੈ ਤਾਂ ਦੇਖੋ ਜੈਡ ਦੀ ਕੀਮਤ ਆਪਾਂ 50 ਫੁੱਟ ਕਰ ਦਿੰਦੇ ਹਾਂ ਜੈਡ ਬਰਾਬਰ 50 ਔਰ ਵਾਈ ਬਰਾਬਰ ਔਰ ਇਹਨਾਂ ਦੋਨਾਂ ਦਾ ਜੋੜ 90 ਹੈ ਤਾਂ ਵਾਈ ਦੀ ਜਿਹੜੀ ਕੀਮਤ ਹੈ ਉਹ 90 ਮਾਈਨਸ ਦਾ 50 ਤਾਂ ਕਿੰਨਾ ਬਣ ਚੁੱਕਿਆ ਵਾਈ ਆਪਣੇ ਕੋਲ 40 ਡਿਗਰੀ ਆ ਚੁੱਕਿਆ ਤਾਂ ਠੀਕ ਹੈ ਨਾ ਦੇਖੋ ਕਿਉਂ ਦਿੰਦੇ ਆ ਬਰਾਬਰ ਹੁਣੇ ਆਪਾਂ ਗੱਲ ਕੀਤੀ ਕਿ ਇਹ ਦੋ ਲਾਈਨਾਂ ਕੱਟ ਰਹੀਆਂ ਹੋਣਾ ਤਾਂ ਉਹਨਾਂ ਦੇ ਵਰਟੀਕਲ ਆਪੋਜ਼ਿਟ ਐਂਗਲ ਬਰਾਬਰ ਹੁੰਦੇ ਆ ਤਾਂ ਵਾਈ ਆਪਣੇ ਕੋਲ ਕਿੰਨਾ ਨਿਕਲ ਗਿਆ 40 ਅੱਛਾ ਜੇ ਵਾਈ 40 ਡਿਗਰੀ ਹੈ ਤਾਂ ਇਹਦੇ ਵਰਟੀਕਲ ਆਪੋਜ਼ਿਟ ਕੌਣ ਹੈ ਐਕਸ ਹੈ ਤਾਂ ਐਕਸ ਵੀ ਕਿੰਨਾ ਬਣ ਜਾਏਗਾ ਫਿਰ ਐਕਸ ਵੀ ਆਪਣੇ ਕੋਲ 40 ਡਿਗਰੀ ਨਿਕਲ ਕੇ ਆਏਗਾ ਦੇਖੋ ਕਿਹੜਾ ਬਣ ਗਿਆ ਦੋਨਾਂ ਦਾ ਜੋੜ ਕਿੰਨਾ ਬਣਿਆ ਹੁਣ ਇੱਕ ਚੀਜ਼ ਹੋਰ ਦੇਖੋ ਜੇਕਰ ਆ ਵਾਲਾ ਆ ਇੱਕ ਸਟ੍ਰੇਟ ਲਾਈਨ ਹੈ ਸਟ੍ਰੇਟ ਲਾਈਨਾਂ ਦਾ ਇਹਨਾਂ ਸਾਰਿਆਂ ਦਾ ਜੋੜ 180 ਡਿਗਰੀ ਹੋਣਾ ਚਾਹੀਦਾ
थैंक यू।